नहीं पहुंच रहा और हर सूआ अपनी टेल एंड तो 5 किलोमीटर घटो घट पिछे ही खत्म हो जाता है ते वो पानी साड़ा किथे गया। दो ही तरीके है, या तो तुसी ਰਾਈਪੇਰੀਅਨ ਪ੍ਰਿੰਸੀਪਲ ਮੰਨ ਲਓ ਤਾਂ ਵੀ ਪੰਜਾਬ ਦਾ ਪਾਣੀ ਜਿਹੜਾ ਹੁਣ ਤੁਸੀਂ ਵੰਡਿਆ ਨਜਾਇਜ਼ ਵੰਡਿਆ, ਜਮਨਾ ਦਾ ਪਾਣੀ ਵੀ ਗਿਣ ਹੋਣਾ ਚਾਹੀਦਾ, ਆਲਰੇਡੀ ਹਰਿਆਣਾ ਫਾਲਤੂ ਪਾਣੀ ਲੈ ਰਿਹਾ, ਅੱਜ ਸਾਡੇ ਕੋਲ ਪਾਣੀ ਹੈ ਨਹੀਂ ਔਰ 2030 ਤੱਕ ਪੰਜਾਬ ਦਾ ਪਾਣੀ ਬਿਲਕੁਲ ਖਤਮ ਹੋ ਜਾਏਗਾ, ਪੰਜਾਬ ਬੰਜਰ ਹੋ ਜਾਏਗਾ, ਲੋਕਾਂ ਨੂੰ ਇੱਥੋਂ ਮਾਈਗ੍ਰੇਟ ਕਰਨਾ ਪਏਗਾ। ਭਾਵੇਂ ਹਾਈਕੋਰਟ ਨੇ ਕੱਲ ਸਟੇ ਕਰ ਦਿੱਤਾ ਪਰ ਇਹਨਾਂ ਨੇ ਬੜੀ ਤੇਜ਼ੀ ਨਾਲ ਜਿਹੜੀ ਜੁਮਲਾ ਮਾਲਕਾਂ ਜ਼ਮੀਨ ਸਾਡੀ ਮਾਲਕੀ ਹੈ, ਸਾਡੇ ਮੁਰੱਬਾਬੰਦੀ ਵੇਲੇ ਸਾਡੀ ਜ਼ਮੀਨ ਨੂੰ ਕੱਟ ਲੱਗਿਆ, ਉਹ ਕਾਮਨ ਕਾਜ਼ ਲਈ ਰੱਖੀ ਗਈ ਸੀ ਪੰਚਾਇਤਾਂ ਕੋਲ, ਉਹ ਜ਼ਬਰਦਸਤੀ ਖੋਟ ਖੋਣ ਲੱਗੇ ਨੇ। ਫਾਜ਼ਿਲਕਾ ਜ਼ਿਲ੍ਹੇ 'ਚ ਬਹੁਤ ਸਾਰੇ ਪਿੰਡ ਪਾਣੀ 12,500 ਰੁਪਏ ਦਾ ਟੈਂਕਰ ਮੁੱਲ ਲੈ ਕੇ ਪੀਂਦੇ ਨੇ, ਅੱਜ ਪਾਣੀ ਪੀਣ ਲਈ ਉਹਨਾਂ ਕੋਲ ਹੈ ਨਹੀਂ, ਅਤੇ ਜਿਹੜੇ ਸਾਡੇ ਜ਼ਿਲ੍ਹਿਆਂ ਦੇ ਵਿੱਚ ਪਹਿਲਾਂ ਹੇਠਲਾ ਪਾਣੀ ਖਾਰਾ ਹੈ ਉਹ ਪਾਣੀ ਪੀਣ ਦੇ ਲਾਇਕ ਨਹੀਂ, ਉੱਥੇ ਕੈਂਸਰ ਫੈਲਿਆ, ਕਿਸੇ ਨੂੰ ਇਹਦੀ ਕੋਈ ਚਿੰਤਾ ਨਹੀਂ। ਅਸੀਂ ਪੰਜਾਬ ਦੇ ਪਾਣੀਆਂ ਦੀ ਲੜਾਈ ਸ਼ੁਰੂ ਕਰਨ ਵਾਲੇ ਹਾਂ, 30 ਦਸੰਬਰ ਤੋਂ ਲਗਾਤਾਰ ਮੋਰਚਾ ਜਿਹੜਾ ਉਹ ਚੱਲੇਗਾ ਇੱਥੇ ਚੰਡੀਗੜ੍ਹ 'ਚ, ਇਹਦੇ ਲਈ ਤਿਆਰੀ ਲਈ ਅਸੀਂ ਅੱਜ ਤੋਂ 3 ਜਗ੍ਹਾ 'ਤੇ ਸਾਰੇ ਪੰਜਾਬ ਵਿੱਚ ਲੋਕਾਂ ਨੂੰ ਐਜੂਕੇਟ ਕਰਨ ਲਈ ਸੈਮੀਨਾਰ ਰੱਖਿਆ, ਚੰਡੀਗੜ੍ਹ 28 ਨੂੰ, ਜਲੰਧਰ ਹੈ 30 ਨੂੰ, ਬਠਿੰਡੇ ਹੈ, ਔਰ 2 ਤਰੀਕ ਤੋਂ 15 ਤਰੀਕ ਤੱਕ ਅਸੀਂ 50,000 ਪੋਸਟ ਰਿਲੀਜ਼ ਕਰਤਾ, 50,000 ਹੋਰ ਕਰ ਰਹੇ ਹਾਂ, 1 ਲੱਖ ਪੋਸਟ ਦੇ ਕੇ ਅਸੀਂ ਪਿੰਡਾਂ ਵਿੱਚ ਝੰਡਾ ਮਾਰਚ ਕਰਾਂਗੇ ਸਾਰੀਆਂ ਜਥੇਬੰਦੀਆਂ ਵੱਲੋਂ ਲੋਕਾਂ ਨੂੰ ਤਿਆਰ ਕਰਨ ਲਈ, ਅਤੇ ਲੋਕਾਂ ਤੋਂ ਹੁੰਗਾਰਾ ਬਹੁਤ ਅੱਛਾ ਮਿਲ ਰਿਹਾ ਔਰ 30 ਤਾਰੀਖ ਤੋਂ ਪਾਣੀਆਂ ਦੇ ਮਸਲੇ 'ਤੇ ਆ ਜਿਹੜੀ ਜੁਮਲਾ ਮਾਲਕਾਂ ਵਾਲੀ ਜ਼ਮੀਨ ਦਾ ਮਸਲਾ ਹੈ ਇਹਨਾਂ ਦੇ ਉੱਤੇ ਅਸੀਂ ਚੰਡੀਗੜ੍ਹ 'ਚ ਪੱਕਾ ਮੋਰਚਾ ਲਾ ਰਹੇ ਹਾਂ। ਪਾਣੀਆਂ ਦਾ ਮੁੱਦਾ ਹੈ, ਇੱਕ ਤਾਂ ਪੰਜਾਬ ਸਰਕਾਰ ਨਾਲ ਤਾਂ ਇਹ ਹੈ ਵੀ ਜਿਹੜਾ ਸਾਡਾ ਪਾਣੀ ਜਿੰਨਾ ਐਲੋਕੇਟਡ ਪਾਣੀ ਉਹ ਵੀ ਸਾਡੇ ਖੇਤਾਂ 'ਚ ਨਹੀਂ ਪਹੁੰਚ ਰਿਹਾ। ਬੜੇ ਸਾਲਾਂ ਤੋਂ ਜਦੋਂ ਤੋਂ ਅਸੀਂ ਟਿਊਬਵੈਲ ਇਰੀਗੇਸ਼ਨ ਸ਼ੁਰੂ ਕਰਤੀ, ਇਰੀਗੇਸ਼ਨ ਡਿਪਾਰਟਮੈਂਟ ਨੇ ਨਾ ਸੂਏ ਰਜਵਾਹੇ ਸਾਫ਼ ਕੀਤੇ, ਕਦੇ ਸਿਲਟ ਨਹੀਂ ਕੱਢੀ, ਉਹਦੇ ਵਿੱਚ ਦਰਖਤ ਜੰਮੇ ਪਏ ਨੇ ਔਰ ਅੱਧਾ ਵੀ ਪਾਣੀ ਲੈਣ ਦੀ ਜਿੰਨਾ ਇਨਟੇਕ ਕਪੈਸਿਟੀ ਉਹਨਾਂ ਦੀ ਸੈਂਕਸ਼ਨਡ ਆ, ਉਦੋਂ ਅੱਧਾ ਪਾਣੀ ਲੈਣ ਦੀ ਕਪੈਸਿਟੀ ਨਹੀਂ, ਜੇ ਪੂਰਾ ਛੱਡ ਦੇਣਾ ਉਹ ਟੁੱਟ ਜਾਂਦੇ ਨੇ ਸਾਰੇ, ਔਰ ਹਰ ਸੂਆ ਆਪਣੀ ਟੇਲ ਐਂਡ ਤੋਂ 5 ਕਿਲੋਮੀਟਰ ਘੱਟੋ ਘੱਟ ਪਿੱਛੇ ਹੀ ਖਤਮ ਹੋ ਜਾਂਦਾ ਹੈ ਅਤੇ ਉਹ ਪਾਣੀ ਸਾਡਾ ਕਿੱਥੇ ਗਿਆ। ਅਸੀਂ ਸਰਕਾਰ ਪੰਜਾਬ ਸਰਕਾਰ ਤੋਂ ਸਾਡੀ ਇਹ ਮੰਗ ਹੈ ਵੀ ਜਿਹੜਾ ਪਾਣੀ ਐਲੋਕੇਟ ਹੋਇਆ, ਜਿਵੇਂ ਅੱਜ ਤੋਂ 50 ਸਾਲ ਪਹਿਲਾਂ ਹਰ ਖੇਤ ਨੂੰ ਪਾਣੀ ਮਿਲਦਾ ਸੀ, ਉਸੇ ਤਰ੍ਹਾਂ ਹਰ ਖੇਤ ਨੂੰ ਪਾਣੀ ਮਿਲਣਾ ਚਾਹੀਦਾ, ਉਹ ਤਾਂ ਘੱਟੋ ਘੱਟ ਸਾਨੂੰ ਮਿਲੇ। ਦੂਸਰਾ, ਕੇਂਦਰ ਸਰਕਾਰ ਨਾਲ ਸਾਡੀ ਲੜਾਈ ਹੈ ਵੀ ਹੁਣ ਤੱਕ ਹਮੇਸ਼ਾ ਜਿੰਨੇ ਪਾਣੀਆਂ ਦੇ ਸਮਝੌਤੇ ਹੋਏ ਇਲੀਗਲ ਹੋਏ ਆ, ਕਿਉਂਕਿ ਕੰਸਟੀਟਿਊਸ਼ਨ 'ਚ ਜਿਹੜਾ ਪਾਣੀ ਹੈ ਇਹ ਸਟੇਟ ਸਬਜੈਕਟ ਹੈ। ਦੋ ਹੀ ਤਰੀਕੇ ਹੈ, ਜਾਂ ਤਾਂ ਤੁਸੀਂ ਰਾਈਪੇਰੀਅਨ ਪ੍ਰਿੰਸੀਪਲ ਮੰਨ ਲਓ ਤਾਂ ਵੀ ਪੰਜਾਬ ਦਾ ਪਾਣੀ ਜਿਹੜਾ ਹੁਣ ਤੁਸੀਂ ਵੰਡਿਆ ਨਜਾਇਜ਼ ਵੰਡਿਆ, ਜੇ ਹਰਿਆਣੇ ਪੰਜਾਬ ਦਾ ਸ਼ੇਅਰ ਵੰਡਣਾ ਤਾਂ 60-40 ਦੀ ਰੇਸ਼ੋ 'ਚ ਬਣਨਾ ਚਾਹੀਦਾ, ਤਾਂ ਜਮਨਾ ਦਾ ਪਾਣੀ ਵੀ ਗਿਣ ਹੋਣਾ ਚਾਹੀਦਾ, ਆਲਰੇਡੀ ਹਰਿਆਣਾ ਫਾਲਤੂ ਪਾਣੀ ਲੈ ਰਿਹਾ, ਅੱਜ ਸਾਡੇ ਕੋਲ ਪਾਣੀ ਹੈ ਨਹੀਂ ਔਰ ਸਾਡੇ ਕੋਲ ਰਿਪੋਰਟਸ ਨੇ ਵੀ 2025 'ਚ ਦੁਨੀਆ ਦੇ ਦੀ 2/3 ਆਬਾਦੀ ਪੀਣ ਵਾਲੇ ਪਾਣੀ ਨੂੰ ਤਰਸੇਗੀ ਔਰ 2030 ਤੱਕ ਪੰਜਾਬ ਦਾ ਪਾਣੀ ਬਿਲਕੁਲ ਖਤਮ ਹੋ ਜਾਏਗਾ, ਪੰਜਾਬ ਬੰਜਰ ਹੋ ਜਾਏਗਾ, ਲੋਕਾਂ ਨੂੰ ਇੱਥੋਂ ਮਾਈਗ੍ਰੇਟ ਕਰਨਾ ਪਏਗਾ। ਇਸ ਕਰਕੇ ਅਸੀਂ ਸਮਝਦੇ ਹਾਂ ਵੀ ਇਸ ਵੇਲੇ ਟੌਪ ਪ੍ਰਾਇਰਟੀ ਜਿਹੜੀ ਹੈ ਸਾਡੇ ਲਈ ਉਹ ਪਾਣੀਆਂ ਦਾ ਮੁੱਦਾ ਹੈ। ਦੂਜੇ ਨੰਬਰ 'ਤੇ ਇੱਥੇ ਪੰਜਾਬ ਦੀ ਸਰਕਾਰ ਨੇ, ਭਾਵੇਂ ਹਾਈਕੋਰਟ ਨੇ ਕੱਲ੍ਹ ਸਟੇ ਕਰ ਦਿੱਤਾ, ਪਰ ਇਹਨਾਂ ਨੇ ਬੜੀ ਤੇਜ਼ੀ ਨਾਲ ਜਿਹੜੀ ਜੁਮਲਾ ਮਾਲਕਾਂ ਜ਼ਮੀਨ ਸਾਡੀ ਮਾਲਕੀ ਹੈ, ਸਾਡੇ ਮੁਰੱਬਾਬੰਦੀ ਵੇਲੇ ਸਾਡੀ ਜ਼ਮੀਨ ਨੂੰ ਕੱਟ ਲੱਗਿਆ, ਉਹ ਕਾਮਨ ਕਾਜ਼ ਲਈ ਰੱਖੀ ਗਈ ਸੀ ਪੰਚਾਇਤਾਂ ਕੋਲ, ਉਹ ਜ਼ਬਰਦਸਤੀ ਖੋਟ ਖੋਣ ਲੱਗੇ ਨੇ, ਲੱਖਾਂ ਪਰਿਵਾਰ ਪੰਜਾਬ ਦੇ ਵਿੱਚ ਪ੍ਰਭਾਵਿਤ ਹੋ ਰਹੇ ਨੇ ਇਹਨਾਂ ਮੇਨ 2 ਮੁੱਦਿਆਂ ਤੇ, ਬਾਕੀ ਦੁੱਧ ਦਾ ਮਸਲਾ ਹੋਰ ਛੋਟੇ ਛੋਟੇ ਮਸਲੇ। ਲੋਕ ਇਹਦਾ ਫੈਸਲਾ ਕਰਦੇ ਨੇ, ਜੋ ਕਪਾਹ ਦਾ ਏਰੀਆ ਮਾਲਵੇ ਦਾ ਏਰੀਆ ਸਭ ਤੋਂ ਜ਼ਿਆਦਾ ਕਪਾਹ ਬੀਜੀ ਜਾਂਦੀ ਸੀ ਤਾਂ ਹੁਣ ਬਹੁਤ ਘਟਾ ਦਿੱਤੀ ਗਈ ਹੈ, ਤਾਂ ਕਿਸਾਨ ਪਹਿਲਾਂ ਆਪਣੇ ਤੋਂ ਸ਼ੁਰੂਆਤ ਕਰੇਗਾ ਜਿਵੇਂ ਤੁਸੀਂ ਪਿੰਡਾਂ ਦੇ। ਤੁਸੀਂ ਮੈਂ ਤੁਹਾਡੀ ਜਾਣਕਾਰੀ ਲਈ ਕਹਾਂ, ਮੈਂ ਬੇਨਤੀ ਕਰਾਂਗਾ ਜੇ ਤੁਸੀਂ ਕੋਈ ਚੈਨਲ ਜਾ ਕੇ ਉੱਥੇ ਗਰਾਊਂਡ ਤੇ ਜਾ ਕੇ ਜੇ ਤੁਸੀਂ ਦੇਖੋ ਤਾਂ ਸਥਿਤੀ ਹੋਰ ਜ਼ਿਆਦਾ ਸਪਸ਼ਟ ਹੋ ਜਾਏਗੀ। ਫਾਜ਼ਿਲਕਾ ਜ਼ਿਲ੍ਹੇ 'ਚ ਬਹੁਤ ਸਾਰੇ ਪਿੰਡ ਪਾਣੀ 12,500 ਰੁਪਏ ਦਾ ਟੈਂਕਰ ਮੁੱਲ ਲੈ ਕੇ ਪੀਂਦੇ ਨੇ, ਅੱਜ ਪਾਣੀ ਪੀਣ ਲਈ ਉਹਨਾਂ ਕੋਲ ਹੈ ਨਹੀਂ, ਅਤੇ ਜਿਹੜੇ ਸਾਡੇ ਜ਼ਿਲ੍ਹਿਆਂ ਦੇ ਵਿੱਚ ਪਹਿਲਾਂ ਹੇਠਲਾ ਪਾਣੀ ਖਾਰਾ ਹੈ ਉਹ ਪਾਣੀ ਪੀਣ ਦੇ ਲਾਇਕ ਨਹੀਂ, ਉੱਥੇ ਕੈਂਸਰ ਫੈਲਿਆ, ਕਿਸੇ ਨੂੰ ਇਹਦੀ ਕੋਈ ਚਿੰਤਾ ਨਹੀਂ। ਇਹ ਅਸੀਂ ਇਸੇ ਲਈ ਪਹਿਲਾਂ ਸਭ ਤੋਂ ਪਹਿਲਾਂ ਪਾਣੀਆਂ ਦੀ ਲੜਾਈ ਦੀ ਪਹਿਲ ਕੀਤੀ।